ਸੈੱਲ ਦੇ ਵਿੱਚ ਨਾਲ ਹੋਇਆ ਲਗਾਤਾਰ ਜਿਹੜੀ ਜਾਂਚ ਦੀ ਗੱਲ ਚੱਲ ਰਹੀ ਹੈ ਕਿ ਪੁੱਛਗਿੱਛ ਕੀਤੀ ਜਾ ਰਹੀ ਹੈ ਹਾਂਜੀ ਆਪਣਾ ਨਾਮ ਦੱਸ ਕੇ ਕਿਹੜਾ ਪਿੰਡ ਹੈ ਜੀ ਨਾਮ ਮੇਰਾ ਰਜਿੰਦਰ ਸਿੰਘ ਪਿੰਡ ਬਾਜੀਕੇ ਦੇ ਤੁਸੀਂ ਪਿਤਾ ਜੀ ਉਹ ਮਿਲ ਕੇ ਆਏ ਹੋ ਕਿ ਕਿੱਦਾਂ ਦੀ ਸਥਿਤੀ ਦੱਸੀ ਬਹੁਤ ਵਧੀਆ ਸਥਿਤੀ ਦੱਸੀ ਬਹੁਤ ਵਧੀਆ ਖਾਣਾ ਪੀਣਾ ਮਿਲਦਾ ਰਹਿਣ ਸਹਿਣ ਉਹਨਾਂ ਦਾ ਬਹੁਤ ਵਧੀਆ ਅਤੇ ਉਹੀ ਆ ਗੱਲੀਆਂ ਦੇ ਸਾਡੀ ਪੈਰਵਾਈ ਕਰੇ ਪੈਰਵਾਈ ਉਹਨੇ ਆਪਣੇ ਤੁਹਾਨੂੰ ਅੱਗੇ ਵੀ ਦੱਸਿਆ ਅਕਾਲ ਤਖ਼ਤ ਵਾਲੇ ਜਥੇਦਾਰ ਹਰਪ੍ਰੀਤ ਸਿੰਘ ਸਿਆਲਕਾ ਸਾਹਿਬ ਧਾਮੀ ਸਾਹਿਬ ਇਹ ਆਉਂਦੇ ਅਸੀਂ ਕਰਾਂਗੇ ਅਤੇ ਸਾਨੂੰ ਜੇ ਵੱਡੇ ਕੋਈ ਵਕੀਲ ਕਰਦੇ ਪੈਸੇ ਵੱਡੇ ਵੀ ਵਕੀਲ ਕਰਾਂਗੇ ਨਹੀਂ ਛੋਟੇ ਵਕੀਲਾਂ ਦੇ ਰਹਾਂਗੇ ਅਤੇ ਛੇਤੀ ਛੇਤੀ ਜਲਦੀ ਤੋਂ ਜਲਦੀ ਉਹਨੂੰ ਇੱਧਰ ਲਿਆਵਾਂਗੇ ਪੰਜਾਬ ਵਿੱਚ ਮਹੀਨਾ ਪੈ ਜਾਵੇ 20 ਦਿਨ ਪੈ ਜਾਣ ਅਸੀਂ ਛੇਤੀ ਤੋਂ ਛੇਤੀ ਉਹਨਾਂ ਦੇ ਪੈਰਵਾਈ ਕਰਕੇ ਅਤੇ ਪੰਜਾਬ ਵਿੱਚ ਉਹਨਾਂ ਲਿਆਵਾਂਗੇ ਕਿੱਦਾਂ ਦੀ ਸਥਿਤੀ ਦੱਸੀ ਜਾ ਰਹੀ ਜੇਲ੍ਹਾਂ ਦੀ ਅੰਦਰ ਜੇਲ੍ਹ ਦਾ ਤੁਹਾਨੂੰ ਪਤਾ ਜੇਲ੍ਹ ਹੀ ਹੁੰਦੀ ਹੈ ਹੁਣ ਜੇ ਸਾਫ਼ ਸੁਥਰੀ ਹੈ ਨਹੀਂ ਐਡੀ ਗੱਲ ਹੈ ਵਧੀਆ ਜੇਲ੍ਹ ਵੀ ਮੱਛਰ ਪਾਣੀ ਤੁਹਾਨੂੰ ਪਤਾ ਜੇਲ੍ਹ ਦਾ ਜੇਲ੍ਹ ਹੀ ਹੁੰਦੀ ਹੈ ਜਿਹੜੀ ਜੇਲ੍ਹ ਬਾਜੇ ਗਿਰੀ ਤੂੰ ਇਹ ਨਹੀਂ ਪੁੱਛਿਆ ਕਿ ਤੂੰ ਭੱਜਿਆ ਨਹੀਂ ਉੱਥੋਂ ਜਦੋਂ ਪੁਲਿਸ ਪਿੱਛੇ ਪਈ ਭੱਜਿਆ ਨਹੀਂ ਉਹਦਾ ਮੈਂ ਭੱਜਣਾ ਹੀ ਨਹੀਂ ਸੀ ਆਉਂਦਾ ਮੈਂ ਪਹਿਲਾਂ ਵੀ ਇੱਕ ਦਿਨ ਸਾਨੂੰ ਘਰ ਆਉਂਦਾ ਸੀ ਮੈਂ ਲੈਬ ਹੋ ਗਏ ਪੁਲਿਸ ਦੇ ਜਦੋਂ ਲਾਉਂਦੀ ਮੈਂ ਭੱਜ ਥੋੜ੍ਹਾ ਰੋਜ਼ ਜਾਣਾ ਬਰੋ ਮੈਂ ਇੰਨਾ ਲੋਕ ਕਰੋੜਾਂ ਲੋਕ ਮੈਨੂੰ ਵੇਂਦੇ ਤਾਂ ਮੈਂ ਹੁਣ ਭੱਜਾ ਫਿਰ ਪੁਲਿਸ ਦੇ ਅੱਗੇ ਲਾ ਕੇ ਉਹਨੇ ਮੈਂ ਤਦ ਨਹੀਂ ਭੱਜਾ ਮੈਂ ਦੂਜਾ ਮੇਰੇ ਵਿੱਚ ਹੀ ਗਨਾਹ ਕੋਈ ਨਹੀਂ ਭੱਜਣਾ ਕਦੇ ਲਈ ਉਹ ਆਉਂਦਾ ਮੈਂ ਧਰਮਕੋਟ ਮੈਨੂੰ ਲਿਜਾਣਾ ਛੱਡ ਦੇਣਾ ਨੇ ਅਤੇ ਮੈਨੂੰ ਕੀ ਪਤਾ ਸੀ ਵੀ ਅੰਮ੍ਰਿਤਪਾਲ ਦੇ ਉਹਨਾਂ ਭੁਲੇਖੇ ਤਾਂ ਮੈਨੂੰ ਲਈ ਉੱਥੇ ਜਾਣਾ ਹੈ 2500 ਕਿਲੋਮੀਟਰ ਦੂਰ ਹੈ ਧਰਮਕੋਟ ਵੀ ਆਉਂਦਾ 20 ਮਿੰਟ ਮੈਨੂੰ ਸਾਰਾ ਰੱਖਿਆ ਨੇ ਉਦੋਂ ਗਾਂ ਮੈਨੂੰ ਜੂੰ ਅਤੇ ਬਠਿੰਡਿਓ ਜਹਾਜ਼ ਚੜ੍ਹਾਏ ਉੱਥੇ ਜਾ ਤਾਂ ਰਿਹਾ ਨੇ ਅਤੇ ਚਲੋ ਕੋਈ ਨਹੀਂ ਆਉਂਦਾ ਪਰੇਸ਼ਾਨੀ ਤਾਂ 2-4 ਦਿਨ ਆਈ ਤਾਂ ਹੁਣ ਮੇਰਾ ਠੀਕ ਹੈ ਅਤੇ ਬਸ ਮਹੀਨੇ ਦੋਵਾਂ 'ਚ ਸ਼ੈਂਤ ਵੀ ਮਹਾਰਾਜ ਘਰ ਹੀ ਲੈ ਆਵੇ ਕਿਤੇ ਨਾਂ ਤਾਂ ਉਹਨਾਂ ਆਖਿਆ ਵੀ ਅਸੀਂ ਤਾਂ ਸਰਕਾਰ ਨੂੰ ਅਪੀਲ ਕਰਨੇ ਵੀ ਛੇਤੀ ਛੇਤੀ ਜਲਦੀ ਤੋਂ ਜੇ ਇੱਧਰ ਲਿਆਂਦਾ ਜੇ ਬਣਦੀ ਕਾਰਵਾਈ ਤਾਂ ਉਹਨਾਂ ਨੇ ਕੀਤੀ ਜੇ ਨਹੀਂ ਬਣਦੀ ਤਾਂ ਨਾ ਕੀਤੀ ਜੇ ਅਤੇ ਅਸੀਂ ਤਾਂ ਭਗਵੰਤ ਮਾਨ ਨੂੰ ਵੀ ਇਹ ਬੇਨਤੀ ਕਰਨੇ ਤੇਰੇ ਮਗਰ ਕਿੰਨਾ ਜ਼ੋਰ ਲਾਇਆ ਵੀ ਜ਼ੋਰ ਲਾ ਕੇ ਤੈਨੂੰ ਵੋਟਾਂ ਪਾਈਆਂ ਵੀ 25,000 ਦਾ ਤੇਲ ਵੀ ਕੋਲੋਂ ਬਾਲਿਆ ਅਤੇ ਉਦੋਂ ਸਟੇਚਰ ਵੀ ਲਾਇਆ ਅਸੀਂ ਨੇ ਆਪਦੇ ਮੋਬਾਈਲ 'ਤੇ ਅਤੇ ਹੁਣ ਉਹ ਕਿਤੇ ਗਿਆ ਚਲਾ ਜਾਂਦੇ ਤੂੰ ਬੰਦਾ ਪੁੱਛਣ ਵਾਲਾ ਹੁਣ ਬੰਦਵੇਂ ਮੈਂ ਉਹਨਾਂ ਸਿੱਖ ਕੋ ਨਹੀਂ ਹੈਗਾ ਸਾਰੇ ਪੱਗਾਂ 'ਚ ਸਿਰ ਫਸਾਈ ਬੈਠੇ ਨੇ ਉਹ ਨਹੀਂ ਆ ਸਕਦੇ ਥੋੜ੍ਹਾ ਬਹੁਤਾ ਵੀ ਕਿੱਦਾਂ ਦਾ ਕੀਤਾ ਐਜੀਪੀ ਸੀ ਵੱਲੋਂ ਵਧੀਆ ਕੀਤਾ ਜਾ ਰਿਹਾ ਨਹੀਂ ਇਹਨਾਂ ਦਾ ਬਹੁਤ ਵਧੀਆ ਧੰਨਿਆ ਧੰਨਿਆ ਕਰਾਤੀ ਇਹਨਾਂ ਦਾ ਤਾਂ ਬਹੁਤ ਬਾਬੇ ਦੀ ਕਿਰਪਾ ਤਾਂ ਅਸੀਂ ਦਿੰਦੇ ਇਹਨਾਂ ਮਹਾਰਾਜ ਦੇ ਵਿੱਚ ਚੜ੍ਹਦੀ ਕਲਾ ਰਵੇ ਮੈਂ ਸੁਖਚੈਨ ਸਿੰਘ ਆ ਜੀ ਅੰਮ੍ਰਿਤਪਾਲ ਸਿੰਘ ਦਾ ਚਾਚਾ ਹਰਜੀਤ ਸਿੰਘ ਦਾ ਬ੍ਰਦਰ ਅਤੇ ਕੀ ਕਹਿਣਾ ਚਾਹੋਗੇ ਤੁਸੀਂ ਮਿਲ ਕੇ ਆਏ ਉਹਨਾਂ ਨੂੰ ਹਾਂਜੀ ਉਹਨਾਂ ਦੀ ਸਿਹਤ ਸੰਬੰਧੀ ਸਾਨੂੰ ਜਿਹੜਾ ਕੋਈ ਹੈ ਮਨ ਦੇ ਵਿੱਚ ਉਹ ਮਿਲ ਕੇ ਸਾਨੂੰ ਖੁਸ਼ੀ ਹੋਈ ਹੈ ਵੀ ਠੀਕ ਠਾਕ ਹੋ ਹਰੇਕ ਵਾਰ ਕਿੰਨਾ ਚਿਰ ਮੁਲਾਕਾਤ ਹੋਈ ਤੁਹਾਡੀ ਅੰਦਰ ਅਸੀਂ ਅੰਮ੍ਰਿਤਪਾਲ ਤੋਂ ਮੈਂ 20 ਮਿੰਟ ਮਿਲਿਆ ਹਰਜੀਤ ਸਿੰਘ ਨਾਲ ਜ਼ਿਆਦਾ ਟਾਈਮ ਹੋਇਆ ਲਗਭਗ ਦੋਨਾਂ ਦੇ ਨਾਲ ਪੂਰੀ ਮੁਲਾਕਾਤ 1 ਘੰਟਾ ਹੋਈ ਹੈ ਕੀ ਸਥਿਤੀ ਦੱਸੀ ਜਾ ਰਹੀ ਅੰਦਰ ਅੰਦਰ ਦੇਖੋ ਜੇਲ੍ਹ 'ਤੇ ਜੇਲ੍ਹ ਗਿਆ ਉਹਦਾ ਠੀਕ ਆ ਸਾਡੀ ਕਲਾ ਕੋਈ ਗੱਲ ਨਹੀਂ ਠੀਕ ਆ ਟੋਰਚਰ ਵਗੈਰਾ ਕੀਤਾ ਜਾ ਰਿਹਾ ਸੀ ਉਹਨਾਂ ਨੂੰ ਨਹੀਂ ਇਹੋ ਜਿਹੀ ਅਸੀਂ ਨਾ ਉਹਨਾਂ ਪੁੱਛਿਆ ਨਾ ਹੀ ਉਹਨਾਂ ਕੋਈ ਤੁਹਾਨੂੰ ਪਤਾ ਦਿੱਤਾ ਵਧੀਆ ਅੰਮ੍ਰਿਤਪਾਲ ਤੋਂ ਕੋਈ ਸਵਾਲ ਤੁਹਾਡੇ ਵੱਲ ਪੁੱਛਿਆ ਗਿਆ ਕਿ ਇੰਨੇ ਦਿਨ ਕਿੱਥੇ ਰਿਹਾ ਕਿਹੜਾ ਉੱਥੇ ਮੋਗੇ ਦੇ ਵਿੱਚ ਤਸਵੀਰ ਸਾਹਮਣੇ ਆਈ ਮੱਥਾ ਟੇਕਿਆ ਗਿਆ ਫਿਰ ਆਪਣੀ ਉਹ ਕਹਿੰਦੇ ਠੀਕ ਆ ਕੋਈ ਇਹੋ ਜਿਹੀ ਗੱਲ ਨਹੀਂ ਮੈਂ ਆਪ ਗ੍ਰਿਫਤਾਰ ਕੀਤੀ ਹੈ ਕੋਈ ਅਜੇ ਵੀ ਲੋਕਾਂ ਵੱਲੋਂ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਅੰਮ੍ਰਿਤਪਾਲ ਗ੍ਰਿਫਤਾਰੀ ਦਿੱਤੀ ਪੁਲਿਸ ਨੇ ਪਲੈਨ ਕੀਤਾ ਹੋਇਆ ਪਰ ਦੇਖੋ ਜਿੰਨਾ ਕੁ ਅਸੀਂ ਪੁੱਛਿਆ ਅਸੀਂ ਤਾਂ ਜ਼ਿਆਦਾ ਮੇਨ ਸਾਡੀਆਂ ਹੋਰ ਪਰਿਵਾਰਕ ਹੀ ਗੱਲਾਂ ਸੀ ਬਾਕੀ ਉਹ ਚਿੱਠੀ ਲਿਖੀ ਗਈ ਅੰਮ੍ਰਿਤਪਾਲ ਦੇ ਵੱਲੋਂ ਉਹ ਉਹਨਾਂ ਵਕੀਲਾਂ ਤੋਂ ਉਹਨਾਂ ਦੇ ਨਾਲ ਹੀ ਆ ਸਲਾਹ ਕਰਕੇ ਕਿ ਕੋਈ ਕਮੇਟੀ ਬਣਾ ਕੇ ਕੇਸ ਨੂੰ ਜਿਹੜਾ ਹੈਂਡਲ ਕੀਤਾ ਜਾਵੇ ਕੋਈ NS ਨੂੰ ਹਟਾਉਣ ਦੀ ਕੋਈ ਗੱਲਬਾਤ ਕੀਤੀ ਜਾ ਰਹੀ ਹੈ ਉਹ ਤਾਂ ਹੁਣ ਇਹੀ ਕਰਨਗੇ ਆਪਾਂ ਤੇ ਅਜੇ ਦੇਖੋ ਇਹਨਾਂ ਵਕੀਲਾਂ ਦੀ ਰਾਏ ਲੈ ਕੇ ਆਪਣਾ ਪੱਖ ਰੱਖਣਗੇ IGPC ਨੂੰ ਵੱਖਰਾ ਪਰਾਲਾ ਉਹਨਾਂ ਦਾ ਬਹੁਤ ਧੰਨਵਾਦ ਹੈ ਜੀ ਉਹਨਾਂ ਦੀ ਵਜ੍ਹਾ ਦੇ ਨਾਲ ਹੀ ਅਸੀਂ ਐਡੀ ਦੂਰ ਜਾ ਸਕੇ ਨਹੀਂ ਤਾਂ ਇਕੱਲੇ ਕਰੇ ਆਦਮੀ ਦਾ ਉੱਥੇ ਪਹੁੰਚਣਾ ਬੜਾ ਮੁਸ਼ਕਲ ਆ ਲੱਗਦਾ ਕਿ ਇੱਦਾਂ ਦੇ ਕਈ ਪਰਿਵਾਰ ਹੈਗੇ ਕਿ ਜਿਹੜੇ ਅੰਮ੍ਰਿਤਸਰ ਤੋਂ ਬਾਹਰ ਨਹੀਂ ਜਾ ਸਕਦੇ ਪਰ IGPC ਦਾ ਵੱਖਰਾ ਪਰਾਲਾ ਕੀਤਾ ਨਹੀਂ ਉਹਨਾਂ ਦਾ ਬਹੁਤ ਧੰਨਵਾਦ ਆ ਜਿੰਨੇ ਵੀ ਇਹ ਉੱਥੇ ਤੱਕ ਪਹੁੰਚਾਉਣ ਵਾਸਤੇ ਦਾ ਯੋਗਦਾਨ ਪਾਇਆ ਉਹਨਾਂ ਦਾ ਸਾਰਿਆਂ ਦਾ ਧੰਨਵਾਦ ਕੋਈ ਸਰਕਾਰ ਨੂੰ ਅਪੀਲ ਕਰਨਾ ਚਾਹੋਗੇ ਸਰਕਾਰ ਨੂੰ ਅਸੀਂ ਕਹਿੰਦੇ ਹਾਂ ਕਿ ਦੇਖੋ ਜੇ ਉਹਨਾਂ ਨੂੰ ਉਹਨਾਂ ਦਾ ਕੇਸ NSA 'ਤੇ ਦੇਖੋ ਜੇ ਤੋੜ ਕੇ ਇੱਧਰ ਲੈ ਆਉਣ ਤਾਂ ਸਭ ਤੋਂ ਚੰਗੀ ਗੱਲ ਜੋ ਬਾਕੀ ਕਿੰਨੇ ਨਹੀਂ ਕਰੋਗੇ ਜੀ ਕਹਿੰਦੇ ਕੋਈ ਅੰਮ੍ਰਿਤਪਾਲ ਪਰਿਵਾਰ ਨੂੰ ਲੈ ਕੇ ਗੱਲਬਾਤ ਕੀਤੀ ਗਈ ਪਰਿਵਾਰ ਨੂੰ ਹੁਣ ਜਾਊਗਾ ਮਿਲਣ ਹੁਣ ਕਿਉਂਕਿ ਆਗਿਆ ਹੋ ਗਈ ਆ ਕਿਸੇ ਨੂੰ ਉਹ ਵੀ ਜਾ ਉਹਨਾਂ ਦੀ ਧਰਮ ਪਤਨੀ ਜਾਊਗੀ ਮਿਲਣ ਹਾਂ ਜਾਣਗੇ ਉਹਨਾਂ ਡੈਡੀ ਜਾਣਗੇ ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ